ਆਪਸ ਆਪੇ ਕਰੀ ਸੱਜਣ ਸੱਜਣ ਮੇਰੇ ਰੱਬ ਮੇਰੇ ਰਹੁਰੇ ਸੱਜਣ ਮੇਰੇ ਰੱਬ ਮੇਰੇ ਜੈ ਸੁਤੇ ਅਨੰਤ ਇੱਕ ਓਂਕਾਰ ਸਤਿ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਨਾ ਪਾਇਆ ਜਿਸੇ ਤੀ ਮਨ ਵਜੀਆਂ ਬਹਾਰੀਆਂ ਨਾਨਕ ਨੰਦ ਪਰਵਾਰ ਭਰੀਆਂ ਸ਼ਬਦ ਦਾ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਾਂ ਡਿੱਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਹਾਵਰ ਧਾਏ ਸਭ ਦੇ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਝਾ ਵਾਲੇ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸਭ ਦੇ ਸਹਾਏ ਦਸਾਂ ਪਾਤਸ਼ਾਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦੇ ਸਹਾਏ ਇਹਨਾਂ ਦੇ ਪਾਠ ਦਰਸ਼ਨ ਦਾਰ ਜੀ ਦਾ ਧਿਆਨ ਰੱਖੇ ਖਾਲਸਾ ਸਾਹਿਬ ਬੋਲੋ ਜੀ ਜੋ ਕਿ ਸਾਧੂ ਸੱਚੇ ਪਾਤਸ਼ਾਹ ਜੀ ਉਸ ਵਿੱਚ ਹਜ਼ੂਰ ਦੀ ਸ਼ਾਂਤੀ ਦੇ ਵਾਸਤੇ ਉਹਦੇ ਕਲਿਆਣ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਮਿਲ ਕੇ ਆਪਣੇ ਗ੍ਰਹਿ ਵਿਖੇ ਆਪ ਜੀ ਦੀ ਧਰਤੀ ਬਾਣੀ ਆਈ ਤਨ ਸਗਲੀ ਤਿੰਨ ਉਠਾ ਕੇ ਮਹਾਂਪੁਰਖਾਂ ਸਾਰ ਸ੍ਰੀ ਸਹਿਜ ਪਾਠ ਕੰਮ ਕਰਵਾਏ ਸਨ ਜੋ ਕਿ ਸਤਿਗੁਰੂ ਜੀ ਆਦ ਕੀ ਪਾਰ ਕਰਪਾ ਸਦਕਾ ਅੰਮ੍ਰਿਤ ਵੇਲੇ ਗ੍ਰਹਿ ਵਿਖੇ ਉਹ ਪਾਏ ਗਏ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਗੁਰੂ ਕਿਰਪਾ ਆਪਣੇ ਸੇਵਕਾਂ ਨੂੰ ਹੁਕਮਨਾਮੇ ਬਖਸ਼ ਕੇ ਜਹਾਨ ਨਿਹਾਲ ਕਰੋ ਹੁਕਮਾਂ ਦੇ ਚਰਨਾਂ ਫਲ ਤੇ ਰੋਟੀ ਤਾਜ ਸੋਝੀ ਬਖਸ਼ੋ ਜੋ ਜੀ ਆ ਕੇ ਦੱਸਦੇ ਆ ਰਾਜੀ ਹੋ ਕੇ ਜਾਵੇ ਤੇਰੀ ਪਿਆਰਾ ਫਿਰ ਨਾ ਮਿਲੇ ਆਪਣੇ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪਾਣੀ ਸਬੰਧ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਆਪੇ ਕਰਾਂਗ ਹੈ ਆਪੇ ਬਹੁਰੰਗੀ ਗੋਰਤ ਪਾਵੇ ਨਾਨਕਾ ਗੱਲ ਚੰਗੀ ਰਾਣਾ ਰਵਨ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦ ਧੀਰ ਕਹਿ ਨਾਨਕ ਰਾਮ ਭਜਲਾ ਜਾਤ ਅਵਸਰ ਬੀਤਾ ਜਦੋਂ ਕਿ ਉਹਨਾਂ ਦੇ ਜਵਾਈ ਸਾਹਿਬਾਨ ਤਰਸੇਮ ਸਿੰਘ ਜੀ ਰਟੌਲ ਇੱਕ ਐਕਸੀਡੈਂਟ ਦੇ ਵਿੱਚ ਚੜ੍ਹਾਈ ਕਰ ਰਹੇ ਸੀ ਗੁਰੂ ਚਰਨਾਂ ਵਿੱਚ ਜਾ ਵਰਾਜੇ ਸੀ ਪਰ ਅਜੇ ਉਹ ਸਦਮੇ ਵਿੱਚੋਂ ਇਹ ਪਰਿਵਾਰ ਬਾਹਰ ਨਹੀਂ ਆਇਆ ਸੀ
ਕਿ ਪਰਮਾਤਮਾ ਨੇ ਘਣ ਵਰਗੀ ਦੁਆਰਾ ਐਸੀ ਸੱਟ ਮਾਰੀ ਕਿ ਇਸ ਪਰਿਵਾਰ ਨੂੰ ਉੱਥੇ ਜੁਗਣਾ ਨਹੀਂ ਛੱਡਿਆ। ਖੋਟੇ ਪਰਿਵਾਰ ਨੂੰ ਜਿਨ੍ਹਾਂ ਦੀ ਬੇਟੀ ਹਰਮਨਪ੍ਰੀਤ ਦੇ ਨਾਲ ਵਿਆਹੀ ਹੋਈ ਸੀ ਜਗਜੀਤ ਸਿੰਘ ਜੀ ਰਾਵ ਸਾਹਿਬ, ਉਹਨਾਂ ਦਾ ਨਾਨਕਾ ਪਰਿਵਾਰ ਗੁੱਟਰ ਵਾਲਾ, ਉਹਨਾਂ ਦੀ ਭੈਣ ਪਰਮਜੀਤ ਕੌਰ ਟੌਲ ਔਰ ਡਾਲਾ ਨਗਰ ਦੇ ਅਮਨਜੀਤ ਸਿੰਘ ਜੀ ਔਰ ਹੋਰ ਵੀ ਰਿਸ਼ਤੇਦਾਰ ਪਤਵੰਤ ਸੱਜਣ ਜਿਹੜੇ ਉਹਨਾਂ ਦੇ ਬਹੁਤ ਨਿੱਜੀ ਆ, ਉਹਨਾਂ ਨੇ ਬਹੁਤ ਹੀ ਜ਼ਿਆਦਾ ਇਸ ਦਰਦ ਨੂੰ ਮਹਿਸੂਸ ਕੀਤਾ। ਬੁਲਾਰੇ ਤਾਂ ਬੇਸ਼ੱਕ ਵੀ ਬਹੁਤ ਆਏ ਆ, ਮੈਂ ਕਦੋਂ ਬੇਨਤੀ ਕਰਦੇ ਹਾਂ ਕਿ ਸਿਰਫ ਇੱਕ ਜਾਂ ਦੋ ਬੁਲਾਰੇ ਨੂੰ ਦੋ ਦੋ ਤਿੰਨ ਤਿੰਨ ਮਿੰਟ ਦਾ ਸਮਾਂ ਦੇਵਾਂਗੇ, ਸਮਾਂ ਬਹੁਤ ਕੀਮਤੀ ਹੈ। ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਪਰਮਜੀਤ ਸਿੰਘ ਜੀ ਡਾਲਾ ਜਿਹੜੇ ਖੇਡ ਅਫਸਰ ਨੇ, ਉਹ ਹਰਮਨਪ੍ਰੀਤ ਬਾਰੇ ਕੁਝ ਵਿਚਾਰ ਆਪਣਾ ਸਾਂਝਾ ਕਰਨਗੇ, ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਦੇ ਮਿਸਿਜ, ਉਹਨਾਂ ਦੇ ਸਿਸਟਰ, ਬੇਟਾ ਬੇਟੀ, ਰਿਸ਼ਤੇਦਾਰ, ਦੋਸਤਾਂ ਨੂੰ ਇਹ ਭਾਣਾ ਨੂੰ ਅੰਦਰ ਪੁੱਛਣ ਤਾਂ ਜੋ ਇਸ ਵੱਡੇ ਦੁੱਖ ਦੇ ਵਿੱਚੋਂ ਇਹ ਪਰਿਵਾਰ ਜਲਦੀ ਨਿਕਲ ਸਕੇ, ਆਪਣੀ ਜ਼ਿੰਦਗੀ ਜਿਹੜੀ ਹੈ ਆਮ ਵਾਂਗ ਉਹ ਇਹਨਾਂ ਦੇ ਚੱਲਣ ਲੱਗੇ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਸਭ ਦਾ ਇੱਥੇ ਆਉਣ ਲਈ, ਦੁੱਖ ਸਾਂਝਾ ਕਰਨ ਲਈ ਜੋ ਸਮਾਂ ਬਿਨਤੀ ਕੱਢਿਆ ਹੈਗਾ, ਧੰਨਵਾਦ ਕਰਦਾ। ਗੁਰੂ ਸਾਹਿਬ ਨੇ ਕਿਹਾ ਸਮਤ ਸਾਹ ਲਿਖਿਆ ਮਿੱਤਰ ਪਾਲੂ ਤੇਲ, ਜੋ ਦਿਨ ਵਿਛੜੀਆਂ ਜੋ ਹੋਵੇ ਸਾਹਿਬ ਸਿਉਮੇ, ਜੋ ਹੋਵੇ ਸਾਹਿਬ ਸਿਉਮੇ, ਵਾਹਿਗੁਰੂ ਖਾਲਸਾ ਵਾਹਿਗੁਰੂ। ਸੋ ਬਹੁਤ ਦੁੱਖ ਆ, ਬਹੁਤ ਅਫਸੋਸ ਆ, ਕੀ ਕਹਿ ਸਕਦੇ ਹਾਂ, ਇਹ ਵਾਹਿਗੁਰੂ ਇਹ ਤੇਰੀ ਲੀਲਾ, ਪਰ ਇਹ ਭਾਣਾ ਅਕਹਿ ਤੇ ਅਸਹਿ ਆ। ਸਮਰੱਥਾ ਬਖਸ਼ੀ, ਤਾਕਤ ਬਖਸ਼ੀ ਸਾਡੇ ਸਤਿਕਾਰਯੋਗ ਬਾਈ ਜੀ ਮਾਸਟਰ ਅਮਰਜੀਤ ਸਿੰਘ ਨੂੰ, ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ, ਕਿਉਂਕਿ ਭਾਣਾ ਮਨੁੱਖ ਨੂੰ ਮੰਨਣਾ ਹੀ ਪੈਂਦਾ, ਜਿੰਨਾ ਵੀ ਕਹੀ ਜਾਵੇ ਨਹੀਂ ਨਹੀਂ ਨਹੀਂ, ਕਿਉਂਕਿ ਵਾਹਿਗੁਰੂ ਭਾਣਾ ਮਨਾ ਹੀ ਲੈਂਦਾ। ਸਮੁੱਚੀਆਂ ਹੀ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਇਸ ਦੁੱਖ ਦੇ ਸਮੇਂ 'ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਹਰਮਨਪ੍ਰੀਤ ਸਿੰਘ ਦੀ ਅੰਤਮ ਅਰਦਾਸ ਦੇ ਸ਼ਾਮਿਲ ਹੋਏ ਹੋ ਜੀ, ਆਇਆਂ ਨੂੰ ਬਹੁਤ ਧੰਨਵਾਦ। ਸਮੁੱਚੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਆ, ਸਾਰੀਆਂ ਹੀ ਸਿੱਖ ਸੰਗਤਾਂ ਨੇ ਚਾਹ ਪਾਣੀ, ਜਲ ਪਾਣੀ, ਪ੍ਰਸ਼ਾਦਾ ਜੋ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆ, ਇੰਨੀਆਂ ਬੇਨਤੀਆਂ ਕਰਦਾ ਦੱਸ ਵੀ ਕਿਵਾਂ ਦਾ ਜਚਕ ਆ। ਵਾਹਿਗੁਰੂ ਕਿਰਪਾ ਕਰਿਓ, ਸਾਡੇ ਬੱਚੇ ਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ, ਰਿਸ਼ਤੇਦਾਰਾਂ, ਮਿੱਤਰਾਂ, ਨਗਰ ਵਾਸੀਆਂ, ਸਿੱਖ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਖਸ਼ੇ, ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਕਿਲ੍ਹਾ ਸਾਹਿਬ ਲਈ ਡੇਰਾ ਭੇਸੀਆਂ 2500 ਰੁਪਏ, ਸ਼ਮਸ਼ਾਨ ਘਾਟ ਵਾਸਤੇ 2500 ਰੁਪਏ, ਸੰਤ ਸੋਮ ਪ੍ਰਕਾਸ਼ ਜੀ ਦੇਤੋ ਵਾਲੇ ਡੇਰਾ ਤਰਵੈਣੀ ਜਿਸ ਜਗ੍ਹਾ ਦੇ ਉੱਤੇ ਅੱਜ ਅੰਤਮ ਅਰਦਾਸ ਹੋਈ ਹੈ, 2500 ਰੁਪਏ, ਡੇਰਾ ਸੈਦੋਆਣਾ 2500 ਰੁਪਏ। ਇਸ ਪਰਿਵਾਰ ਦਾ ਸਮੁੱਚੇ ਹੀ ਇਲਾਕੇ ਵੱਲੋਂ, ਸਮੁੱਚੀਆਂ ਸੰਸਥਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਕਿ ਦੁੱਖ ਦੀ ਘੜੀ ਵਿੱਚ ਬੰਦਾ ਸੁੱਖ ਨਹੀਂ ਸੰਭਾਲ ਸਕਦਾ, ਪਰ ਫਿਰ ਵੀ ਉਹਨਾਂ ਨੇ ਗੁਰੂ ਦਾ ਭਾਣਾ ਮੰਨਦੇ ਹੋਏ ਆਪਣੇ ਪੁੱਤਰ ਨੂੰ ਯਾਦ ਕਰਦੇ ਹਾਂ, ਆਪਣੇ ਪੁੱਤਰ ਦੀ ਯਾਦ ਦੇ ਵਿੱਚ ਇਹ ਸੇਵਾ ਕਰਵਾਈ ਹੈ। ਚਾਹ ਪਾਣੀ ਗੁਰੂ ਦਾ ਲੰਗਰ ਛੱਕ ਕੇ ਜਾਣਾ, ਜੇਕਰ ਕੋਈ ਲਫ਼ਜ਼ ਕਿਸੇ ਦੀ ਸ਼ਾਨ ਦੇ ਖਿਲਾਫ਼ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੁਆਫ਼ੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਸ ਮਾਫੀ ਕਹੀ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਚੱਟਦੇ ਨੇ ਬੱਚਾ ਉੱਠ ਖਲੋਤਾ ਤੇ ਜਦੋਂ ਸਾਡਾ ਕੁੜੀ ਤੇਰੇ ਸੌ ਜਾਂਦਾ ਹੈ ਅਸੀਂ ਕਿੰਨੀਆਂ ਆਵਾਜ਼ਾਂ ਮਾਰੀਏ ਗੁਰੂ ਤੋਂ ਸਾਡੀ ਆਵਾਜ਼ ਉਹਦੇ ਤੱਕ ਨਹੀਂ ਪਹੁੰਚੀ। ਆਓ ਵੈਰਾਗ ਲਈ ਸ਼ਬਦ ਪੜ੍ਹਦੇ ਹਾਂ ਮੈਂ ਆਪਾਂ ਸਮਾਪਤੀ ਕਰੀਏ ਸਾਰੀ ਸੰਗਤ ਜੁੜਿਓ ਪਿਆਰ ਨਾਲ। ਦੰਗ ਮਾ
ਸਹਾਏ
ਇਹਨਾਂ ਦੇ ਪਾਠ ਦਰਸ਼ਨ ਦਾਰ ਜੀ ਦਾ ਧਿਆਨ ਰੱਖੇ। ਖਾਲਸਾ ਸਾਹਿਬ ਬੋਲੋ ਜੀ। ਆਪ ਜੀ ਨੇ ਪੰਜਾਂ ਪੈਰਾਂ ਚਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛੱਡਿਆ ਦੇਖ ਦਿਲਾਈ ਦੇਖ ਵਾਹੀ ਦੇਖ ਸੁਣ ਪਾਇਟ ਕੀਤਾ ਇਹਨਾਂ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖੇ। ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਕਰੀ ਸੀ ਦਿੱਤੇ ਬੰਦ ਬੰਦ ਕਟਵਾਏ ਗੋਪੜੀਆਂ ਲਵਾਈਆਂ ਚਾਰਕੜੀਆਂ ਤੇ ਚੜ੍ਹੇ ਤਨ ਆਰਨ ਨਾਲ ਚਲਾਏ ਕੇ ਗੁਰਦਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਰਸਾ ਸਵਾਸਰਾਂ ਨਵਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਭਟਾਈਆਂ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ। ਚਿਤ ਆਵਰ ਕਾ ਸਦਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਹਿ ਦੇਖ ਦੇਖ ਬੜੇ ਬਿਤ ਕੀ ਪੈਜ ਪੰਥ ਕੀ ਜੀਤ ਤੇਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਮੇਰੇ ਬਖਸ਼ੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭੁਸਾ ਦਾਨ ਦਾਨਾ ਸਿਰ ਦਾਨ ਨਾ ਤੁਪ ਅਟਲ ਧਰਮ ਕਾ ਜੈ ਜੈ ਕਾਰਾ ਬੋਲੋ ਜੀ। ਆਪ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੰਥ ਦਾ ਰਾਖਾ ਇਹ ਕਾਲ ਪ੍ਰਭ ਸੱਚੇ ਪਿਤਾ ਵਾਹਿਗੁਰੂ ਆਪਣੇ ਪੰਥ ਦੇ ਸਰਾ ਸਹਾਇਤ ਕਾਰ ਜੀਓ ਜੀਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਨਿਆਤਰਾਂ ਦੇ ਆਤਰੇ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਰ ਚਲੇ ਤਖਤ ਦੇ ਮਾਲਕ ਸਤਿਗੁਰੂ ਜੀ ਆਪ ਜੀ ਕੇ ਸੇਵਕਾਂ ਤੁਹਾਡੇ ਚਰਨ ਕਲਾਪਾ ਚੌਂਦਰੀ ਅਰਦਾਸ ਬੇਨਤੀ ਹੈ ਮਹਾਰਾਜ ਜੋ ਕਿ ਆਪ ਜੀ ਦਾ ਅਟਲ ਹੁਕਮ ਹੈ ਸਤਿਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜਿਹਾ ਜੀ ਨੇ ਲਿਖਿਆ ਤਿਹਾ ਕਮਾਹੇ ਕੱਲੇ ਆਵੇ ਨਾਨਕਾ ਸਦੇ ਓਨੀ ਹੋ ਕੇ ਪਿਲੇ ਤੇਰੀ ਕਿਉਂਕਿ ਆਪ ਜੀ ਹੁਕਮ ਸਾਰ ਆਪ ਜੀ ਕੇ ਚਰਨਾਂ ਦੇ ਵਿੱਚ ਜਾਪ ਰਾਜੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵਿੱਚ ਹਜ਼ੂਰ ਦੀ ਸ਼ਾਂਤੀ ਦੇ ਵਾਸਤੇ ਉਹਦੀ ਕਲਿਆਣ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਮਿਲ ਕੇ ਆਪਣੇ ਗ੍ਰਹਿ ਵਿਖੇ ਆਪ ਜੀ ਦੀ ਧਰਤੀ ਬਾਣੀ ਆਈ ਤਨ ਸਗਰੀ ਚਿੰਤ ਬਣਾਏ ਕੇ ਮਹਾਂਪੁਰਖਾਂ ਸਾਰ ਸ੍ਰੀ ਸਹਿਜ ਪਾਠ ਕੰਮ ਕਰਵਾਏ ਸਨ ਜੋ ਕਿ ਸਤਿਗੁਰੂ ਜੀ ਆਪ ਜੀ ਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਗ੍ਰਹਿ ਵਿਖੇ ਭੋਗ ਪਾਏ ਗਏ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭੋਗ ਤੋਂ ਉਪਰੰਤ ਜੋ ਕਿ ਦੁਪਹਿਰ ਦੇ ਦੀਵਾਨ ਸਤਿਗੁਰੂ ਸੱਚੇ ਪਾਤਸ਼ਾਹਣੀ ਡੇਰੇ ਵਿਖੇ ਸਜਾਇਆ ਗਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਦੀਵਾਨਾਂ ਦੇ ਵਿੱਚ ਆਜ ਕੇ ਰਾਗੀ ਸਿੰਘਾਂ ਨੇ ਆਜ ਦਾ ਰਾਗ ਮਈ ਕੀਰਤਨ ਅਤੇ ਕਥਾ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਆਪ ਜੀ ਕੇ ਪਾਠੀ ਸਿੰਘਾਂ ਤੋਂ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸਤਿਗੁਰੂ ਜੀ ਸਿੱਖ ਪਰਿਵਾਰ ਤੋਂ ਆਪ ਜੀ ਦੀ ਸੇਵਾ ਕਰਦਿਆਂ ਤੋਂ ਅਤੇ ਰਾਗੀ ਸਿੰਘਾਂ ਤੋਂ ਕੀਰਤਨ ਕਰਦਿਆਂ ਤੋਂ ਕਥਾ ਵਿਚਾਰਾਂ ਕਰਦਿਆਂ ਤੋਂ ਆਪ ਦੀਆਂ ਸੇਵਕਾਂ ਤੋਂ ਆਪ ਕੇ ਦਾਦੀਆਂ ਹਾਜ਼ਰੀਆਂ ਭਰਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਅੱਖਰ ਵਾਦਾ ਕਾਟਾ ਪੁੱਟ ਮਾਫ਼ ਕਰਨਾ ਅੱਗੇ ਤੋਂ ਆਪਣੇ ਸੇਵਕਾਂ ਨੂੰ ਆਪ ਦੀ ਸੌਤੇ ਸਪੱਟ ਬਾਣੀ ਪੜ੍ਹਦਾ ਬਾਣੀ ਸੁਣਦਾ ਸੇਵਾ ਕਰਨਾ ਬਲ ਅਤੇ ਬੁੱਧੀ ਅਤੇ ਤਾਕਤ ਵਖਰੀ ਸਤਿਗੁਰੂ ਸੱਚੇ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਸੋਧ ਕੇ ਸੱਚਖੰਡ ਫਿਰ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲ ਅਤੇ ਕੀਰਤਨ ਦਾ ਫਲ ਅਤੇ ਸੇਵਾ ਦਾ ਫਲ ਉਸ ਵਿਛੜੀ ਗੁਰੂ ਨੂੰ ਪ੍ਰਾਪਤ ਕਰਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੂੰ ਇਸ ਪੜ੍ਹੀ ਸੁਣੀ ਬਾਣੀ ਦਾ ਫਲ ਅਤੇ ਸੇਵਾ ਦਾ ਫਲ ਬਖਸ਼ਿਸ਼ ਕਰਨਾ ਅਤੇ ਜਿੰਨੀ ਵੀ ਸੰਗਤ ਭੋਗਦੇ ਸਮੇਂ ਆਪ ਦੇ ਦਾਦੇ ਨਾਲ ਹਾਜ਼ਰੀਆਂ ਭਰੀਆਂ ਸਾਰੀ ਸੰਗਤ ਨੂੰ ਪੜ੍ਹੀ ਸੁਣੀ ਬਾਣੀ ਦਾ ਫਲ ਬਖਸ਼ਿਸ਼ ਕਰਨਾ ਤੰਦਰੁਸਤੀ ਬਖਸ਼ਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋ ਮਹਾਰਾਜ ਜਿੰਨੀ ਵੀ ਸੰਗਤ ਆਪ ਦੇ ਦਾਦੇ ਭੋਗਦੇ ਸਮੇਂ ਤਨ ਫਲਮਾ ਲੈ ਕੇ ਹਾਜ਼ਰ ਹੋਈ ਅਤੇ ਤਨ ਪ੍ਰਵਾਨ ਕਰਨੀ ਮੇਹਰ ਕਰਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਪਰਿਵਾਰ ਦੇ ਅੱਗੇ ਤੋਂ ਕੋਈ ਇਹੋ ਜਿਹਾ ਸੰਕਟ ਨਾ ਆਵੇ ਸਤਿਗੁਰੂ ਜੀ ਆਪ ਜੀ ਬਖਸ਼ਣ ਹਾਰ ਹੈ ਆਪ ਜੀ ਨੇ ਬਖਸ਼ ਲੈਣਾ ਮੇਹਰ ਕਰਨੀ ਜੇ ਕੋਈ ਤੁਹਾਨੂੰ ਗਲਤੀ ਹੋ ਗਈ ਤਾਂ ਆਪ ਜੀ ਨੇ ਬਖਸ਼ ਲੈਣਾ ਮੇਹਰ ਕਰਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ
ਪਰਿਵਾਰ ਦੇ ਸਿਰ ਤੇ ਅਤੇ ਬੱਚਿਆਂ ਦੇ ਸਿਰ ਤੇ ਮਿਹਰਬਾਨ ਰੱਖਣਾ ਸਤਿਗੁਰ ਸੱਚੇ ਪਾਤਸ਼ਾਹ ਬੱਚਿਆਂ ਨੂੰ ਲੰਬੀ ਆਯੂ ਬਖਸ਼ਣੀ ਅਤੇ ਵਿਦਿਆ ਦੇ ਦਾਨ ਬਖਸ਼ਣੀ। ਆਪ ਜੀ ਦਾ ਨਾਮ ਜਪਣ ਦਾ ਬਾਣੀ ਪਾਉਣ ਦਾ ਨਿਤ ਨਿਵੇਂ ਕਰਨ ਦਾ ਭਾਰਤ ਦੇ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ, ਜੋ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖ ਪਰਿਵਾਰ ਵੱਲੋਂ ਉਭਰੇ ਸਮੇਂ ਮਾਧਵ ਸੱਚੇ ਪਾਤਸ਼ਾਹ ਜੀ ਅੱਜ ਦਾ ਬਖਸ਼ਣ ਹੈ ਪ੍ਰਧਾਨ ਵਿੱਚੋਂ ਤਿਉਹਾਰ ਪੰਚਾ ਕੜਾਹ ਦੇ ਜਿਹੜੇ ਸਜਾਈ ਗਈ ਆ। ਆਪ ਜੀ ਕਰੋ ਕਿਰਪਾ, ਅਣਕ ਪ੍ਰਕਾਰ ਭੋਜਨ ਹੋਣਗੇ, ਬਹੁ ਮਿਜਨ ਪਟਾਏ, ਕੜੀ ਕਾਲ ਸਾਹ ਸੂਰਜ ਪਵਿੱਤਰ ਹੰਡਾ ਲਵੋ ਭੋਗ ਹਰਾਏ। ਆਪ ਜੀ ਨੂੰ ਭੋਗ ਲੱਗੇ, ਭੋਗ ਲੱਗਾ ਸੀ ਤਾਂ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਅੱਜ ਦਾ ਸੀ ਤਾਂ ਪ੍ਰਸ਼ਾਦ ਛਕੇ। ਆਪ ਜੀ ਕਾ ਵਾਹਿਗੁਰੂ 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 ਨਾਮ ਜਪੇ ਸਤਿਗੁਰ ਸੱਚੇ ਪਾਤਸ਼ਾਹ ਜੀ। ਪਰਿਵਾਰ ਤੇ ਮਿਹਰਬਾਨ ਰੱਖਣਾ, ਬੱਚਿਆਂ ਦੇ ਮਿਹਰਬਾਨ ਰੱਖਣਾ, ਰਹਿਣ ਨੂੰ ਪਵਿੱਤਰ ਕਰਨਾ ਸਤਿਗੁਰ ਸੱਚੇ ਪਾਤ, ਦੁੱਖਾਂ ਦੇ ਪਾਪਾਂ ਦੇ ਕਲੇਸਾਂ ਦੇ ਰੋਗਾਂ ਦੇ ਨਾਸ਼ ਕਰਦੇ ਮਹਾਰਾਜ ਜੀ ਕਿਰਪਾ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਏਕਤਾ ਭਗਤ ਪ੍ਰੇਮ ਭਾਵਨਾ ਅਤੇ ਖੁਸ਼ੀਆਂ ਦੀ ਬਖਸ਼ਿਸ਼ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ। ਆਪ ਜਨ ਕਰੋ ਕਿਰਪਾ, ਆਪਣੇ ਸੇਵਕਾਂ ਨੂੰ ਹੁਕਮਨਾਮੇ ਬਖਸ਼ ਕੇ ਨਿਹਾਲ ਨਿਹਾਲ ਕਰੋ, ਹੁਕਮਾਂ ਦੇ ਚਰਨਾਂ ਬਾਰੇ ਤੇ ਰੋਜ਼ੀ ਤਾਰ ਸੋਝੀ ਬਖਸ਼ੋ। ਜੋ ਜੀ ਆਪ ਜੀ ਦਾ ਤਿਆਗ ਰਾਜੀ ਹੋ ਕੇ ਜਾਵੇ, ਸਹੀ ਪਿਆਰਾ ਮੇਰ ਦੇ ਨਾਮ ਆਪ ਜੀ ਦਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪਾਣੀ ਸਬੰਧ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਆਗਿਆ ਭਈ ਬਕਾਲ ਕੇ ਤਬੇ ਜਲਾਇਓ, ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਸੋ ਪ੍ਰਭ ਕੋ ਮਿਲ ਬੋਝ ਹੈ ਖੋਜ ਸਬਦ ਮਹਿਲ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ। ਪਾਰ ਹੋਏ ਸਾਬਰੇ ਕੇ ਵਜੇ ਚਾਨਣੋ, ਵਾਹਿਗੁਰੂ ਨਾਮ ਜਹਾਜਾ ਕਰ ਸੇ ਮਦੇ ਗੁਰ ਪਾਰ ਉਤਾਰਨ। ਵਾਹਿਗੁਰੂ ਨਾਮ ਜਹਾਜ ਕਰੇ ਸੋਤਰੇ, ਜੋ ਸ਼ਰਧਾ ਕਰ ਸੇ ਮਦੇ ਗੁਰ ਪਾਰ ਉਤਾਰਨ। ਹਾਰ ਬੋਲੇ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਤਰੰਗ ਹੈ ਆਪੇ ਬਹੁਰੰਗੀ, ਗੋਲ ਪਾਵੇ ਨਾਨਕਾ ਸਾਈਂ ਗੱਲ ਚੰਗੀ। ਰਾਣਾ ਰਾਵਣ ਕੋ ਰਹੇ ਰੰਗ ਨਾ ਤੁੰਬ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦ ਧੀਰ। ਕਿਰਪਾ ਕਰੋ ਦੀਨ ਕਹਿ ਦਾਤੇ, ਮੇਰਾ ਕੌਣ ਆਪਣਾ ਵਿਚਾਰ ਕੋਈ, ਮਾਟੀ ਕਾ ਕਾ ਧੁੱਪ ਸਮੀ ਮਾਨਸ ਕੀ ਗੰਦ ਇਹੀ। ਸਤਰਾ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਨਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਬਨ ਕੋਵਿਦ ਗੁਣ ਸੁਣੋ ਗੀਤ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਬਨ ਗੋਬਿੰਦ ਗੁਣ ਸੁਣੋ ਅਰ ਗਾਓ ਰਚਨਾ ਗੀਤ। ਕਹਾਓ ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤ ਦਾ ਪੁਨੀਤਾ।
ਚਿੰਤਾ ਕਹੇ ਨਾਨਕ ਰਾਮ ਪਜਲਾ ਜਾਤ ਅਵਸਰ ਪੀਤਾ ਆਜ ਕਾਲ ਪਨ ਤੋਹੇ ਗਰਸ ਸਮਝ ਰੱਖੋ ਚੀਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਹਜ਼ੂਰੀ ਵਿੱਚ ਵਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਤਾਈ ਨਵੰਬਰ 2013 ਉਹ ਦਿਨ ਨਾ ਭੁੱਲਣ ਵਾਲਾ ਅਤੇ ਇੰਨਾ ਕੁ ਵੱਡਾ ਘਾਟਾ ਪਿਆ ਸੀ ਇਸ ਪਰਿਵਾਰ ਨੂੰ ਮਾਸਟਰ ਅਮਰਜੀਤ ਸਿੰਘ ਨੂੰ ਜਦੋਂ ਕਿ ਉਹਨਾਂ ਦੇ ਜਵਾਈ ਸਾਹਿਬਾਨ ਤਰਸੇਮ ਸਿੰਘ ਜੀ ਰਟੌਲ ਇੱਕ ਐਕਸੀਡੈਂਟ ਦੇ ਵਿੱਚ ਚੜ੍ਹਾਈ ਕਰ ਰਹੇ ਸੀ ਗੁਰੂ ਚਰਨਾਂ ਵਿੱਚ ਜਾ ਵਰਾਜੇ ਸੀ ਪਰ ਅਜੇ ਉਹ ਸਦਮੇ ਵਿੱਚੋਂ ਇਹ ਪਰਿਵਾਰ ਬਾਹਰ ਨਹੀਂ ਆਇਆ ਸੀ ਕਿ ਪਰਮਾਤਮਾ ਨੇ ਘਣ ਵਰਗੀ ਦੁਆਰਾ ਐਸੀ ਸੱਟ ਮਾਰੀ ਕਿ ਇਸ ਪਰਿਵਾਰ ਨੂੰ ਉੱਥੇ ਚੁੱਕਣਾ ਨਹੀਂ ਛੱਡਿਆ ਬਹੁਤ ਹੀ ਹੋਣਹਾਰ ਲਾਈਕ ਆਮ ਤੁਸੀਂ ਵੇਖਿਆ ਹੋਣਾ ਕਿ ਬਹੁਤ ਲੀਡਰ ਸਾਹਿਬਾਨ ਬਹੁਤ ਭਗਵੰਤੀ ਸੱਜਣ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ੍ਹ ਕੇ ਝੂਠ ਬੋਲਦੇ ਹੁੰਦੇ ਆ ਕਿ ਫਲਾਨਾ ਬੰਦਾ ਬਹੁਤ ਨੇਕ ਸੀ ਫਲਾਨਾ ਬੰਦਾ ਬਹੁਤ ਵਿਦਵਾਨ ਸੀ ਫਲਾਨੀ ਨੂੰਹ ਨੇ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਦੇ ਸਾਹਮਣੇ ਖੜ੍ਹ ਕੇ ਝੂਠ ਬੋਲਦੇ ਆ ਪਰ ਅੱਜ ਇਸ ਥਾਂ ਦੇ ਉੱਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਰਮਨਪ੍ਰੀਤ ਸਿੰਘ ਗੁੱਗ ਬਾਰੇ ਤੁਸੀਂ ਜਿੰਨਾ ਵੀ ਝੂਠ ਬੋਲੋ ਉਹ ਸੱਚ ਹੀ ਸੱਚ ਆ ਜੇਕਰ ਕਹਿ ਦਿਓ ਕਿ ਬੰਦਾ ਦਰਵੇਸ਼ ਸੀ ਤੇ ਵਾਕਿਆ ਦਰਵੇਸ਼ ਸੀ ਜੇਕਰ ਕਹਿ ਦਿਓ ਬੰਦਾ ਉਹ ਭਗਤ ਸੀ ਤੇ ਵਾਕਈ ਭਗਤ ਸੀ ਜੇਕਰ ਕਹਿ ਦਿਓ ਬੰਦੇ ਉਹ ਮਾਪਿਆਂ ਦਾ ਆਗਿਆਕਾਰੀ ਸੀ ਤੇ ਵਾਕਈ ਆਗਿਆਕਾਰੀ ਸੀ ਦੁਨੀਆਂ ਦਾ ਹਰ ਇੱਕ ਝੂਠ ਅੱਜ ਇਸ ਜਗ੍ਹਾ ਉੱਤੇ ਹਰਮਨਪ੍ਰੀਤ ਦੀ ਅੰਤਮ ਅਰਦਾਸ ਦੇ ਉੱਤੇ ਸ਼ਾਮਲ ਸਾਬਤ ਹੁੰਦਾ ਉਹ ਬੱਚਾ ਵਾਕਿਆ ਹੀ ਨੇਕ ਸੀ ਬਹੁਤ ਘਾਟਾ ਪਿਆ ਇਹ ਸਰਕਾਰ ਨੂੰ ਖੋਟੇ ਪਰਿਵਾਰ ਨੂੰ ਜਿਨ੍ਹਾਂ ਦੀ ਬੇਟੀ ਹਰਮਨਪ੍ਰੀਤ ਦੇ ਨਾਲ ਵਿਆਹੀ ਹੋਈ ਸੀ ਜਗਜੀਤ ਸਿੰਘ ਜੀ ਰਾਵ ਸਾਹਿਬ ਉਹਨਾਂ ਦਾ ਨਾਨਕਾ ਪਰਿਵਾਰ ਬੁੱਟਰਾਲਾ ਉਹਨਾਂ ਦੀ ਭੈਣ ਪਰਮਜੀਤ ਕੌਰ ਰਟੌਲ ਔਰ ਡਾਲਾ ਨਗਰ ਦੇ ਅਮਰਜੀਤ ਸਿੰਘ ਜੀ ਔਰ ਹੋਰ ਵੀ ਰਿਸ਼ਤੇਦਾਰ ਪਤਵੰਤੇ ਸੱਜਣ ਜਿਹੜੇ ਉਹਨਾਂ ਦੇ ਬਹੁਤ ਨਿੱਜੀ ਆ ਉਹਨਾਂ ਨੇ ਬਹੁਤ ਹੀ ਜ਼ਿਆਦਾ ਇਸ ਦਰਦ ਨੂੰ ਮਹਿਸੂਸ ਕੀਤਾ ਬੁਲਾਰੇ ਤਾਂ ਬੇਸ਼ੱਕ ਜੀ ਬਹੁਤ ਆਏ ਆ ਮੈਂ ਕਹਿੰਦਾ ਬੇਨਤੀ ਕਰਦੇ ਹਾਂ ਕਿ ਸਿਰਫ ਇੱਕ ਜਾਂ ਦੋ ਬੁਲਾਰੇ ਨੂੰ ਦੋ ਦੋ ਤਿੰਨ ਤਿੰਨ ਮਿੰਟ ਦਾ ਸਮਾਂ ਦੇਵਾਂਗੇ ਸਮਾਂ ਬਹੁਤ ਕੀਮਤੀ ਹੈ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਪਰਮਜੀਤ ਸਿੰਘ ਜੀ ਡਾਲਾ ਜਿਹੜੇ ਖੇਡ ਅਫਸਰ ਨੇ ਉਹ ਹਰਮਨਪ੍ਰੀਤ ਬਾਰੇ ਕੁਝ ਵਿਚਾਰ ਆਪਣੇ ਨਾਲ ਸਾਂਝਾ ਕਰਨਗੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਸਰਦਾਰ ਪਰਮਜੀਤ ਸਿੰਘ ਜੀ ਖੇਡ ਅਫਸਰ ਡਾਲਾ ਸ੍ਰੀ ਗੁਰੂ ਸਾਹਿਬ ਜੀ ਪਾਵਨ ਹੋਏ ਨੇ ਅੱਜ ਦੇ ਅਤੀ ਜੀ ਸ਼ੋਕ ਮੈਂ ਸਮਝਦਾ ਜੋ ਗੁਰਦੋ ਮਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਸੋ ਅੱਜ ਅਸੀਂ ਅੱਤੀ ਜੀ ਦੁੱਖ ਦੇ ਸਮੇਂ ਦੇ ਵਿੱਚ ਹਾਂ ਸਾਡੀਆਂ ਅੱਖਾਂ ਸਿੱਜਣ ਹਨ ਮਾਨ ਗਮਨਾ ਹੋਣ ਕਿਉਂਕਿ ਸਾਡੇ ਪਿੰਡ ਦਾ ਇੱਕ ਬੜਾ ਹੀ ਹੋਣਹਾਰ ਨੌਜਵਾਨ ਸਾਡੇ ਪਿੰਡ ਬਹੁਤ ਇੱਕ ਡਰ ਸੱਚਾਈ ਹੈ ਇਸ ਲਈ ਪਤਾ ਨਹੀਂ ਕਦੋਂ ਕਿੱਥੇ ਬੈਠ ਪਰ ਜਦੋਂ ਕੋਈ ਟਾਈਮ ਵੀ ਡੈਥ ਹੁੰਦੀ ਹੈ ਉਮਰ ਵੱਡੀ ਹੋ ਜਾਂਦੀ ਹੈਗੀ ਹੈ ਬੜੀ ਟ੍ਰੀਟਮੈਂਟ ਕਰਨ ਲਈ ਸੇਵਾ ਕਰਨ ਲਈ ਸਾਡੇ ਮਨ ਕਿ ਇਸ ਵਿਅਕਤੀ ਨੇ ਇਸ ਮਾਤਾ ਨੇ ਅਨਟਾਈਮਲੀ ਡੈਥ ਸਾਡੇ ਜਿਹੜੇ ਪਰਿਵਾਰ ਨੂੰ ਹੋ ਗਈ ਸੱਚਾ ਜਿਸ ਦਾ ਘਾਟਾ ਤੱਕ ਪੂਰਾ ਨਹੀਂ ਹੁੰਦਾ ਸੋ ਅਰੁਣ ਜੀ ਦਾ ਜਨਮ 23 ਅਗਸਤ 1980 ਨੂੰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜਿਹੜਾ ਅਮਰਜੀਤ ਸਿੰਘ ਰਹਿ ਵੀ ਡਾਲਾ ਦਿੱਤੇ ਹੋਇਆ ਉਹਨਾਂ ਨੇ ਉਸਨੂੰ ਵਧੀਆ ਢੰਗ ਦੇ ਨਾਲ ਪਾਲਣ ਪੋਸ਼ਣ ਕੀਤਾ ਐਮਏ ਕਰਵਾਈ ਗਈ ਬੀਐਡ ਕਰਵਾਈ ਗਈ ਉਪਰੰਤ ਜੋਬ
ਮਦੂਕੇ ਸਕੂਲ ਵਿਖੇ ਕੀਤੀ ਗਈ। ਸੋ ਬੜਾ ਪਰਿਵਾਰ ਖੁਸ਼ੀਆਂ ਭਰਿਆ ਮਾਹੌਲ ਦੇ ਵਿੱਚ ਚੱਲ ਰਿਹਾ ਸੀਗਾ। ਅਤੇ ਜਿਵੇਂ ਮੇਰੇ ਵੀਰ ਨੇ ਦੱਸਿਆ ਹੈਗਾ ਸੀ, ਮੇਰਾ ਸ਼ਰੀਰ ਸਵਰਨ, ਕਿ 13 ਦੇ ਵਿੱਚ ਇਹਨਾਂ ਦੇ ਬੜਾ ਪਹਾੜ ਟੁੱਟਿਆ ਦੁੱਖਾਂ ਦਾ, ਕਿ ਇਹਨਾਂ ਦੀ ਬੇਟੀ ਦੀ ਉਹਨਾਂ ਦੇ ਜੀਵਨ ਸਾਥੀ ਤਰਸੇਵ ਸਿੰਘ ਉਹਨਾਂ ਕੋਲ ਚਲੇ ਗਏ। ਉਪਰੰਤ ਅਰਨਪ੍ਰੀਤ ਦੀ ਜਿਹੜੀ ਮੈਰਿਜ ਗੁਰਮੀਤ ਕੌਰ ਵਾਸੀ ਕੋਟੇ ਪਰਿਵਾਰ ਦੇ ਨਾਲ ਹੋਈ, ਪਰਮਾਤਮਾ ਨੇ ਉਹਨਾਂ ਨੂੰ ਬੇਟੇ ਹਰਨੀਤ ਅਤੇ ਬੇਟਾ ਪ੍ਰਭਚੰਦ ਗਾਦਰਾ ਨਿਵਾਸਿਆ। ਬੜੇ ਖੁਸ਼ੀਆਂ ਵਾਲੇ ਮਾਹੌਲ ਦੇ ਵਿੱਚ ਇਹ ਪਰਿਵਾਰ ਜਿਉਂ ਰਿਹਾ ਸੀ। ਸਾਡੇ ਪਿੰਡ ਦਾ ਇੱਕ ਬੜਾ ਸ਼ਰੀਫ ਬੜਾ ਸਾਊ ਪਰਿਵਾਰ, ਇਹਨਾਂ ਦੇ ਤਾਇਆ ਜੀ ਸਨ ਸ਼ਿਖਰ ਸਿੰਘ ਤਿਵਾਰੀ ਸਾਹਿਬ, ਜਿਹੜੇ ਬੜੇ ਔਨੈਸਟ ਵਿਅਕਤੀ ਸਨ। ਪਟਵਾਰ ਮਹਿਕਮੇ ਵਿੱਚ ਹੋ ਕੇ ਇਹਨਾਂ ਨੇ ਬੜਾ ਆਪਣਾ ਨਾਂ ਬਣਾਇਆ, ਬੜਾ ਸਤਿਕਾਰ ਉਹਨਾਂ ਦਾ ਸੀਗਾ। ਅਮਰਜੀਤ ਸਿੰਘ ਭੈਣ ਜੀ ਗੁਰਮੇਰ, ਇਹਨਾਂ ਨੇ ਆਪਣੀ ਗਵਰਨਮੈਂਟ ਜੋਬ ਬੜੇ ਧਿਆਨ ਦੀਆਂ ਰਿਟਾਇਰਮੈਂਟ ਬੜੇ ਮਾਣ ਮੱਤੇ ਢੰਗ ਨਾਲ ਦਿੱਤੀਆਂ ਗਈਆਂ, ਪਰ ਪਿੱਛੇ ਅਚਾਨਕ 11 ਮਈ ਦਾ ਦਿਨ ਬੜਾ ਹੀ ਮਨਹੂਸ ਸਾਬਤ ਹੋਇਆ, ਜਦੋਂ ਸਾਡੇ ਪਰਿਵਾਰ ਦਾ ਇਹ ਕੀਮਤੀ ਅਨਮੋਲ ਹੀਰਾ ਸਾਡੇ ਕੋਲ। ਸੋ ਹਰਮਨ ਦੇ ਜਾਣ ਦੀ ਜਿਹੜੀ ਖਬਰ ਸੀਗੀ ਉਹ ਜੰਗਲ ਦੀ ਅੱਗ ਵਾਂਗ ਫੈਲ ਗਈ। ਸੋ ਵਹਿੰਦੇ ਵਹਿੰਦੇ ਇਹਨਾਂ ਕੋਲ ਸੈਂਕੜੇ ਦਰਾਂ ਜਿਹੜੇ ਸੀਗੇ ਵਿਅਕਤੀ ਹੱਥ ਹੋਏ, ਦੁੱਖ ਦੀ ਸਾਂਝ ਦਿੱਤੀ, ਸੰਸਕਾਰ ਕੀਤੇ ਗਏ। ਉਪਰੰਤ ਅੱਜ ਆਪਾਂ ਉਹਦੀ ਯਾਦ ਦੇ ਵਿੱਚ ਜੋ ਸਾਡਾ ਇੱਕ ਸਿਸਟਮ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਗੁਰੂ ਸਾਹਿਬ ਨੂੰ ਬਖਸ਼ ਕੀਤੀ ਹੈਗੀ ਹੈ, ਅਤੇ ਕੋਈ ਹੋਵੇ ਖੁਸ਼ੀ ਗਮੀ ਅਸੀਂ ਗੁਰੂ ਸਾਹਿਬ ਦਾ ਉਹ ਦਰਸ਼ਨ ਹੈ। ਸੋ ਗੁਰੂ ਸਾਹਿਬ ਦੇ ਸਹਿਜ ਪਾਤਸ਼ਾਹ ਬੁਲਾਏ ਗਏ ਸੀਗੇ, ਅੱਜ ਭੋਗ ਪਾਏ ਗਏ ਨੇ। ਭੋਲੀਏ ਤੋਂ ਬੀਤੇ ਜੱਟਾ ਸੀ, ਬੜਾ ਹੀ ਉਹਨਾਂ ਨੇ ਵੈਰਾਗ ਗਿਆਨ ਕੀਤਾ ਹੈਗਾ। ਸਾਡੇ ਪਿੰਡ ਦੇ ਗ੍ਰੰਥੀ ਸਿੰਘ ਸਰਕਾਰ ਵੀ ਉਹਨਾਂ ਨੇ ਅਰਦਾਸ ਕੀਤੀ ਹੈ, ਬਾਪ ਆਪਾਂ ਸ਼ਰਨ ਕੀਤਾ। ਸੋ ਬੜਾ ਹੀ ਇੱਕ ਅਗੈ ਦੁੱਖ ਵਾਪਰ, ਮਾਤਾ ਪਿਤਾ ਦਾ ਸਰਨ ਪੁੱਤਰ ਚਲਿਆ। ਲੋੜ ਸੀ ਆਲੇ ਦੇ ਵੋਟਾਂ ਨੂੰ ਆਪਣੀ ਮਾਂ ਦੀ ਸੰਘਣੀ ਛਾਂ ਦੇ ਨਾਲ ਨਾਲ ਪਿਤਾ ਦੇ ਯੋਗ ਸਾਈ। ਹਰਮਨ ਨੇ ਪ੍ਰਣ ਕੀਤਾ ਸੀ ਆਪਣੇ ਜੀਵਨ ਸਾਥੀ ਗੁਰਮੀਤ ਨਾਲ ਕਿ ਮੈਂ ਲੰਮਾ ਲੰਮਾ ਸਮਾਂ ਤੇਰਾ ਸਾਥ ਦੇਵਾਂਗਾ, ਪਰ ਉਹ ਚਾਹੁੰਦਾ ਹੋਇਆ ਵੀ ਮੈਂ ਤੁਹਾਡੇ ਸਾਥ ਕੀਤੇ। ਭੈਣ ਪ੍ਰਚੰਡ ਦੇ ਬਹੁਤ ਹੀ ਪਿਆਰੇ ਬੀਤ ਰਹੇ। ਸੋ ਪਲਾਂ ਦੇ ਵਿੱਚ ਸਾਰਾ ਸਿਸਟਮ ਕਰਦਾ ਉੱਥੇ ਪਿਆ, ਬੜਾ ਵੱਡਾ ਤੂਫਾਨ ਵਾਪਰਿਆ। ਸੋ ਇੱਕ ਬਹੁਤ ਹੀ ਸਾਊ, ਬਹੁਤ ਸ਼ਰੀਫ, ਬਹੁਤ ਹੋਣਹਾਰ ਅਤੇ ਆਗਿਆਕਾਰ ਸਪੁੱਤਰ ਮਾਤਾ ਪਿਤਾ ਚਲਿਆ। ਸੋ ਅੱਜ ਆਪਾਂ ਆਪਣੀ ਵੱਡੀ ਗਿਣਤੀ ਵਿੱਚ ਇਲਾਕੇ 'ਚੋਂ ਨੇੜਿਆਂ ਦੂਰੋਂ ਇਸ ਪਰਿਵਾਰ ਦੇ ਸੁਨੇਹੀ ਦੋਸਤ ਪੁੱਤਰ ਰਿਸ਼ਤੇ ਇਕੱਠੇ ਹੋਏ ਨੇ। ਸੋ ਗੁਰੂ ਸਾਹਿਬ ਨੇ ਕਿਹਾ, ਵਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅੱਜ ਤੋਂ ਬਿਆਉਟ ਚੱਲੇ ਜਿਉਂ ਜਿਉਂ ਆਉਂਦੇ ਨੇ। ਜਿਵੇਂ ਜਿਵੇਂ ਸਮਾਂ ਆਉਂਦਾ ਹੈ ਅਸੀਂ ਜਾ ਰਹੇ ਹਾਂ, ਪਰ ਅਜਿਹੇ ਯੰਗ ਏਜ ਦੇ ਵਿੱਚ ਜਾਣ ਦੇ ਜਿਹੜੀ ਹੈਗੀ ਦੁੱਖ ਸਾਨੂੰ ਬਹੁਤ ਬੜਾ ਦੁੱਖ ਹੈ। ਮਾਛੀ ਵਾਲੇ ਜੰਗਲਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਥੋੜ੍ਹਾ ਹੋਇਆ, ਉਹਨਾਂ ਨੇ ਉੱਥੇ ਪਿੰਡ ਦਾ ਸਰਾਣਾ ਲਾ ਕੇ ਸ਼ਬਦ ਅਗਨ ਕੀਤਾ ਸੀਗਾ, ਮਿੱਤਰ ਪਿਆਰੇ ਨੂੰ ਹਾਲ ਮੰਨ ਜਾਣਾ। ਉਸ ਤੋਂ ਚੱਲ ਦਿੱਤੀ ਸੀ ਕਿ
ਤੇ ਗੁਰੂ ਸਾਹਿਬ ਤੇ ਵੀ ਕਿੰਨਾ ਮਾਨਸਿਕ ਤੌਰ ਤੇ ਇਸ ਕਰਨਾ। ਸੋ ਪਰ ਸਾਨੂੰ ਗੁਰੂ ਸਾਹਿਬ ਨੇ ਭਾਣਾ ਮੰਨਣ ਦਾ, ਭਾਣੇ ਲੈਣ ਦਾ ਬਹੁਤ ਵੱਡਾ ਇੱਕ ਜਿਹੜਾ ਦਿੱਤਾ ਹੈਗਾ, ਉਹਦੇ ਨਾਲ ਹੀ ਅਸੀਂ ਅੱਗੇ ਤੁਰਦੇ ਹਾਂ। ਜੇ ਅਸੀਂ ਭਾਣੇ ਨੂੰ ਨਾ ਮੰਨੀਏ ਸਾਡਾ ਜੀਵਨ ਰੁਕ ਜਾਂਦਾ, ਅਸੀਂ ਰੁਕ ਜਾਂਦੇ, ਖੜ ਜਾਂਦੇ ਹਾਂ, ਉਸੇ ਦੁੱਖ ਵਿੱਚ ਅਸੀਂ ਡੁੱਬ ਜਾਂਦੇ ਹਾਂ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਆਦੇਸ਼ ਕੀਤਾ ਹੈ ਕਿ ਹਰ ਸਿੱਖ ਦਾ ਫਰਜ਼ ਹੈ ਭਾਣਾ ਮੰਨਣਾ। ਮੰਨਣਾ ਔਖਾ ਬਹੁਤ, ਜਿਸ ਪਰਿਵਾਰ 'ਤੇ ਵਾਪਰਦੀ ਹੈ ਉਸਨੂੰ ਪਤਾ ਹੁੰਦਾ ਕਿ ਭਾਣਾ ਕਿਵੇਂ ਮੰਨਿਆ। ਸੋ ਅਸੀਂ ਵੇਖ ਰਹੇ ਹਾਂ ਕਿ ਇਹਨਾਂ ਦੇ ਅਮਰਜੀਤ ਭੈਣ ਜੀ ਗੁਰਮੇਲ, ਉਹਨਾਂ ਦੀ ਮਿਸਿਸ ਗੁਰਮੀਤ, ਉਹਨਾਂ ਦੀ ਸਿਸਟਰ, ਹੋਰ ਰਿਸ਼ਤੇਦਾਰ ਉਸ ਦਿਨ 'ਤੇ ਕਿੰਨੇ ਅਪਸੈਟ ਨੇ, ਮਾਨਸਿਕ ਤੌਰ 'ਤੇ ਪਰੇਸ਼ਾਨ ਨੇ। ਦਵਾਈ ਦੁਨੀਆ ਨਾਲ ਕੰਮ ਚੱਲ ਰਿਹਾ ਹੈਗਾ, ਟ੍ਰੀਟਮੈਂਟ ਲੈਣੇ ਪੈਣੇ ਨੇ, ਇਹ ਕਿਉਂਕਿ ਇਹੋ ਜਿਹੇ ਦੁੱਖ ਚੱਲਣੇ ਪਏ। ਸੋ ਆਪਾਂ ਇਹੀ ਹੈ ਪਰਮਾਤਮਾ ਨੂੰ ਅਰਦਾਸ ਬੇਨਤੀ ਕਰੀਏ ਕਿ ਜੋ ਐਡਾ ਵੱਡਾ ਦੁੱਖ ਵਾਪਰੇ ਇਸ ਪਰਿਵਾਰ 'ਤੇ, ਪਰਮਾਤਮਾ ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਦੇ ਮਿਸਿਸ, ਉਹਨਾਂ ਦੇ ਸਿਸਟਰ, ਬੇਟਾ ਬੇਟੀ, ਰਿਸ਼ਤੇਦਾਰ, ਦੋਸਤਾਂ ਨੂੰ ਇਹ ਭਾਣਾ ਨੂੰ ਅੰਦਰ ਬਖਸ਼ਣ, ਤਾਂ ਜੋ ਇਸ ਵੱਡੇ ਦੁੱਖ ਦੇ ਵਿੱਚੋਂ ਇਹ ਪਰਿਵਾਰ ਜਲਦੀ ਨਿਕਲ ਸਕੇ, ਆਪਣੀ ਜ਼ਿੰਦਗੀ ਜਿਹੜੀ ਹੈ ਆਮ ਵਾਂਗ ਉਹ ਇਹਨਾਂ ਦੀ ਚੱਲਣ ਲੱਗੇ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਸਭ ਦਾ ਇੱਥੇ ਆਉਣ ਲਈ, ਦੁੱਖ ਸਾਂਝਾ ਕਰਨ ਲਈ ਜੋ ਸਮਾਂ ਬੇਨਤੀ ਕੱਢਿਆ ਹੈਗਾ, ਧੰਨਵਾਦ ਕਰਦਾ। ਗੁਰੂ ਸਾਹਿਬ ਨੇ ਕਿਹਾ ਸਮਤ ਸਾਹਿਬ ਲਿਖਿਆ ਮਿੱਤਰ ਪਾਲੂ ਤੇਲ, ਜੋ ਦਿਨ ਵਿਛੜੀਆਂ, ਜੋ ਹੋਵੇ ਸਹਿਬ ਸਿਉਮੇ, ਜੋ ਹੋਵੇ ਸਹਿਬ ਸਿਉਮੇ, ਵਰ ਜੀ ਖਾਲਸਾ ਵਰ ਜੀ ਫਤਿਹ। ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵਿਰਾਜਮਾਨ ਬਹੁਤ ਹੀ ਲਾਇਕ ਅਤੇ ਭਾਰਤ ਹਰਮਨਪ੍ਰੀਤ ਸਿੰਘ ਦੀ ਅੰਤਮ ਅਰਦਾਸ ਦੇ ਸ਼ਾਮਲ ਗੁਰੂ ਪਿਆਰੇ ਸਾਧ ਸੰਗਤ ਜੀ, ਰਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਸਭ ਤੋਂ ਤਕਰੀਬਨ ਦੱਸ ਦਿੱਤਾ, ਸਾਧ ਸੰਗਤ ਮੌਤ ਇੱਕ ਅਟੱਲ ਸੱਚਾਈ ਆ ਜੋ ਕਿ ਹਰ ਇੱਕ ਮਨੁੱਖ ਨੂੰ ਆਉਣੀ ਹੈ। ਹਰ ਇੱਕ ਨੇ ਮਰਨਾ, ਬੇਸ਼ੱਕ ਹੋਰ ਰਿਸ਼ਤੇ ਨਾਤੇ ਤਾਂ ਮਨੁੱਖ ਦੇ ਰਹਿ ਜਾਣ, ਜਨਮ ਅਤੇ ਮਰਨ ਦੋਨੋਂ ਮਨੁੱਖ ਨੂੰ ਇਹ ਪਰਮਾਤਮਾ ਦਿੰਦਾ ਦਿੰਦਾ, ਕਿਸੇ ਨੇ ਵਿਤਕਰਾ ਨਹੀਂ ਕਰਦਾ। ਕੋਈ ਵਿਆਹਿਆ ਜਾਵੇ, ਨਾ ਵਿਆਹਿਆ ਜਾਵੇ, ਕਿਸੇ ਦੇ ਬੱਚੇ ਹੋਣ, ਨਾ ਬੱਚੇ ਹੋਣ, ਪਰ ਜੋ ਇਹ ਸੰਸਕਾਰ ਹੈ, ਅੰਤਿਮ ਸੰਸਕਾਰ ਹੈ, ਇਹ ਹਰ ਇੱਕ ਮਨੁੱਖ ਦੇ ਹਿੱਸੇ ਆਇਆ, ਪਰਮਾਤਮਾ ਨੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਅਤੇ ਜਿੱਥੋਂ ਤੱਕ ਗੱਲ ਹਰਮਨਪ੍ਰੀਤ ਸਿੰਘ ਦੀ, ਬਹੁਤ ਹੀ ਲਾਇਕ ਸੀ ਨੌਜਵਾਨ, ਕਿਉਂਕਿ ਇਹ ਸਮੁੱਚਾ ਪਰਿਵਾਰ ਹੀ ਬਹੁਤ ਹੀ ਪੜ੍ਹਿਆ ਲਿਖਿਆ ਪਰਿਵਾਰ, ਜਿਸ ਤਰ੍ਹਾਂ ਦੱਸਿਆ ਭਾਈ ਨਛੱਤਰ ਸਿੰਘ ਪਟਵਾਰੀ ਸਾਹਿਬ ਹੋਣਾ ਦਾ, ਸਾਡੇ ਸਤਿਕਾਰਯੋਗ ਬਾਈ ਜੀ ਅਮਰਜੀਤ ਸਿੰਘ ਜੀ ਮਾਸਟਰ ਜੀ ਅਤੇ ਸਾਡੇ ਭੈਣ ਜੀ, ਸਮੁੱਚਾ ਪੜ੍ਹਿਆ ਲਿਖਿਆ ਪਰਿਵਾਰ ਅਤੇ ਐੱਮ ਏ ਬੀ ਐੱਡ ਹਰਮਨਪ੍ਰੀਤ ਸਿੰਘ। ਸਾਧ ਸੰਗਤ, ਮੈਨੂੰ ਮਾਫ ਕਰਨਾ ਹੈ, ਸਮਾਜ 'ਤੇ ਮੇਰੇ ਵਰਗੇ ਬਹੁਤ ਮਾੜੇ ਲੋਕ ਆ, ਇੱਥੇ ਸਮਾਜ 'ਤੇ ਅੱਜ ਨੌਜਵਾਨੀ ਨਸ਼ਿਆਂ ਦੇ ਹੜ੍ਹ ਦੇ ਵਿੱਚ ਰੁੜਦੀ ਜਾ ਰਹੀ ਆ। ਅੱਜ ਸਮਾਜ ਨੂੰ ਲੋੜ ਆ ਇਹੋ ਜਿਹੇ ਨੌਜਵਾਨਾਂ ਦੀ, ਪੜ੍ਹੇ ਲਿਖੇ ਨੌਜਵਾਨ ਹਰਮਨਪ੍ਰੀਤ ਸਿੰਘ ਵਰਗੇ ਸਮਝਦਾਰ, ਲਾਇਕ, ਭਗਤ, ਦਰਵੇਸ਼, ਇਹਨਾਂ ਨੌਜਵਾਨਾਂ ਦੀ ਅੱਜ ਸਮਾਜ ਨੂੰ ਲੋੜ ਆ। ਅਤੇ ਉਹ ਅੱਜ ਨੌਜਵਾਨ, ਉਹਨਾਂ ਨੌਜਵਾਨਾਂ ਦੇ ਨੌਜਵਾਨ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਿਆ, ਇਸ ਪਰਿਵਾਰ ਨੂੰ ਵੀ ਬੜਾ ਦੁੱਖ ਆ, ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ, ਸੰਬੰਧੀਆਂ ਨੂੰ, ਉਹਨਾਂ ਦੀ ਧਰਮ ਪਤਨੀ, ਬੱਚੇ ਪਲ ਜਾਂਦੇ ਆ, ਬੱਚੇ ਪਲ ਜਾਣੇ ਆ, ਸਭ ਕੁਛ ਹੋ ਜਾਂਦਾ ਸਾਧ ਸੰਗਤ, ਪਰ ਉਹਨਾਂ ਨੂੰ ਉਹ ਆਪਣੇ ਬੇਸ਼ਕ ਬਾਪ ਦੇ ਨਾਲੋਂ, ਹਰਮਨਪ੍ਰੀਤ ਸਿੰਘ ਦੇ ਨਾਲੋਂ, ਦਾਦੀ ਦਾਦਾ ਹੋਰ ਸਾਰੇ ਰਿਸ਼ਤੇਦਾਰ ਵੱਧ ਪਿਆਰ ਵੀ ਕਿਉਂ ਨਾ ਕਰਨ, ਪਰ ਜਿਹੜਾ ਬਾਪ ਦਾ ਪਿਆਰ ਆ, ਕਿਉਂਕਿ ਹਰ ਇੱਕ ਦੇ ਝਿੜਕ ਦੇ ਵਿੱਚ ਵੀ ਪਿਆਰ ਹੁੰਦਾ,
ਅਤੇ ਬਾਪ ਦੀ ਝਿੜਕ ਦੇ ਵਿੱਚ ਵੀ, ਬਾਪ ਦੇ ਲੱਫੜ ਦੇ ਵਿੱਚ ਵੀ ਕਦੇ ਵੀ ਬੱਚਾ ਗੁੱਸਾ ਨਹੀਂ ਕਰਦਾ ਵੀ ਬਾਪ ਨੇ ਝਿੜਕਿਆ। ਸੋ ਬਹੁਤ ਦੁੱਖ ਆ, ਬਹੁਤ ਅਫਸੋਸ ਆ, ਕੀ ਕਹਿ ਸਕਦੇ ਹਾਂ, ਇਹ ਵਾਹਿਗੁਰੂ ਇਹ ਤੇਰੀ ਲੀਲਾ। ਪਰ ਇਹ ਭਾਣਾ ਅਕਹਿ ਤੇ ਅਸਹਿ ਆ, ਸਮਰੱਥਾ ਬਖਸ਼ੀ, ਤਾਕਤ ਬਖਸ਼ੀ ਸਾਡੇ ਸਤਿਕਾਰਯੋਗ ਬਾਈ ਜੀ ਮਾਸਟਰ ਅਮਰਜੀਤ ਸਿੰਘ ਨੂੰ, ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਕਿਉਂਕਿ ਭਾਣਾ ਮਨੁੱਖ ਨੂੰ ਮੰਨਣਾ ਹੀ ਪੈਂਦਾ, ਜਿੰਨਾ ਵੀ ਕਹੀ ਜਾਵੇ ਨਹੀਂ ਨਹੀਂ ਨਹੀਂ, ਕਿਉਂਕਿ ਵਾਹਿਗੁਰੂ ਭਾਣਾ ਮਨਾ ਹੀ ਲੈਂਦਾ। ਵਾਹਿਗੁਰੂ ਨੇ ਥੋੜ੍ਹੀ ਜਿਹੀ ਬਿਮਾਰੀ ਲਿਆਂਦੀ, ਉਹ ਬਿਮਾਰੀ ਦਾ ਇਲਾਜ ਚੱਲਦਾ ਸੀ। ਮਾਸਟਰ ਅਮਰਜੀਤ ਸਿੰਘ ਜੀ ਬਾਈ ਜੀ ਉਹਨਾਂ ਦੱਸਿਆ ਕਿ ਅੰਤਮ ਸਵਾਸ ਲੈਣ ਤੋਂ ਥੋੜ੍ਹਾ ਦੇਰ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਮੇਰੇ ਨਾਲ, ਕਿ ਉਹ ਗੱਲਾਂ ਕੀਤੀਆਂ ਜਿਹੜੀਆਂ ਕਿ ਸਾਡੇ ਪਰਿਵਾਰ ਦੀਆਂ ਸਾਡੀਆਂ ਆਪਦੀ ਸਾਂਝਾ ਸੀ, ਗੱਲਾਂ ਕਰਨ ਵਾਲੀਆਂ ਸੀ, ਉਹ ਕੀਤੀਆਂ। ਸੋ ਇਹ ਵਾਹਿਗੁਰੂ ਦਾ ਹੁਕਮ ਆ ਸਾਧ ਸੰਗਤ, ਸਮੁੱਚੀਆਂ ਹੀ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੀ ਇਸ ਦੁੱਖ ਦੇ ਸਮੇਂ 'ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਹਰਮਨਪ੍ਰੀਤ ਸਿੰਘ ਦੀ ਅੰਤਮ ਅਰਦਾਸ ਦੇ ਸ਼ਾਮਿਲ ਹੋਏ ਹੋ ਜੀ, ਆਇਆਂ ਨੂੰ ਬਹੁਤ ਧੰਨਵਾਦ। ਸਮੁੱਚੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਆ, ਸਾਰੀਆਂ ਹੀ ਸਿੱਖ ਸੰਗਤਾਂ ਨੇ ਚਾਹ ਪਾਣੀ, ਜਲ ਪਾਣੀ, ਪ੍ਰਸ਼ਾਦਾ ਜੋ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆ, ਇੰਨੀਆਂ ਬੇਨਤੀਆਂ ਕਰਦਾ ਦੱਸ ਵੀ ਕਿਵੇਂ ਦਾ ਜਾ ਚੁੱਕਾ। ਵਾਹਿਗੁਰੂ ਕਿਰਪਾ ਕਰਿਓ, ਸਾਡੇ ਬੱਚੇ ਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਅਤੇ ਪਰਿਵਾਰ ਨੂੰ, ਰਿਸ਼ਤੇਦਾਰਾਂ, ਮਿੱਤਰਾਂ, ਨਗਰ ਵਾਸੀਆਂ, ਸਿੱਖ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਖਸ਼ੇ, ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਅਮਰਜੀਤ ਸਿੰਘ ਖਾਲਸਾ। ਇਹਨਾਂ ਨੇ ਸਮੁੱਚੇ ਤੌਰ 'ਤੇ ਟੋਟਲ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ, ਸਾਰੇ ਪਰਿਵਾਰ ਵੱਲੋਂ, ਸਾਰੇ ਨਗਰ ਵੱਲੋਂ ਸਾਰੀਆਂ ਸੰਗਤਾਂ ਦਾ ਦੁਆਰਾ ਫਿਰ ਧੰਨਵਾਦ ਕੀਤਾ ਜਾਂਦਾ। ਅਤੇ ਅੱਜ ਜਿੰਨੀ ਵੀ ਸੰਗਤ ਆਈ ਆ, ਇਹਨਾਂ ਵਿੱਚ ਜਿਹੜੀ ਬਹੁ ਗਿਣਤੀ ਆ ਉਹ ਟੀਚਰ ਸਾਹਿਬਾਨਾਂ ਦੀ ਆ, ਬਾਕੀ ਰਿਸ਼ਤੇਦਾਰ ਨੇ, ਨਗਰ ਵਾਸੀ ਨੇ, ਦੂਰੋਂ ਮਿੱਤਰ ਯਾਰ ਦੋਸਤ ਨੇ। ਕਿਉਂਕਿ ਮਾਸਟਰ ਅਮਰਜੀਤ ਸਿੰਘ ਜੀ, ਅਸੀਂ ਵੈਸੇ ਇਹਨਾਂ ਨੂੰ ਮਾਸਟਰ ਜੀ ਕਹਿੰਦੇ ਹਾਂ, ਪਰ ਇਹ ਰਿਟਾਇਰਡ ਹੈੱਡ ਮਾਸਟਰ ਹੋਏ ਨੇ। ਇਹਨਾਂ ਦੇ ਮਿਸਰ ਜੀ ਹਰਮਨ ਦੇ ਮੰਮੀ ਜੀ, ਸਾਡੇ ਭੈਣ ਜੀ ਕਰਮੇਲ ਕੌਰ, ਉਹ ਵੀ ਰਿਟਾਇਰਡ ਟੀਚਰ ਨੇ, ਔਰ ਹਰਮਨਪ੍ਰੀਤ ਦੀ ਜਿਹੜੀ ਮਿਸਰ ਆ ਉਹਨੇ ਧਰਮ ਪਤਨੀ, ਸਾਡੀ ਬੇਟੀ ਗੁਰਮੀਤ ਕੌਰ ਉਹ ਵੀ ਸਰਕਾਰੀ ਟੀਚਰ ਬਦਰੀ ਨੇ, ਅਤੇ ਹਰਮਨਪ੍ਰੀਤ ਖੁਦ ਆਪ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਜੋ ਕੇ ਵਿਖੇਰੇ ਬਤੌਰ ਟੀਚਰ ਉਹ ਪੜ੍ਹਾ ਰਹੇ ਸੀ। ਇਸ ਕਰਕੇ ਸਾਰੇ ਹੀ ਟੀਚਰ ਸਾਹਿਬਾਨਾਂ ਦਾ, ਨਗਰ ਵਾਸੀਆਂ ਦਾ, ਰਿਸ਼ਤੇਦਾਰਾਂ ਦਾ, ਦੂਰੋਂ ਨੇੜੇ ਆਏ ਹੋਏ ਸੱਜਣਾ ਬੇਲੀਆਂ ਦਾ, ਸਤਿਕਾਰ ਅਤੇ ਉਹ ਭੈਣਾਂ ਮਾਤਾਵਾਂ ਦਾ ਧੰਨਵਾਦ ਕੀਤਾ ਜਾਂਦਾ। ਪਰਿਵਾਰ ਵੱਲੋਂ ਦੁੱਖ ਦੀ ਘੜੀ ਦੇ ਵਿੱਚ ਵੀ ਗੁਰੂ ਸਾਹਿਬਾਨਾਂ ਨੂੰ, ਹੋਰ ਸੰਸਥਾਵਾਂ ਨੂੰ ਹਰਮਨਪ੍ਰੀਤ ਦੇ ਨਾਂ ਦੇ ਉੱਤੇ ਜੋ ਵੀ ਸੇਵਾ ਕਰਾਈ ਆ, ਸਰਕਾਰੀ ਪ੍ਰਾਇਮਰੀ ਸਕੂਲ ਤਰਵੈਣੀ 5000 ਰੁਪਈਆ, ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਅੱਡੇ ਵਾਲਾ 5000 ਰੁਪਏ, ਸਰਕਾਰੀ ਡਿਸਪੈਂਸਰੀ ਉਹਦੇ ਵਾਸਤੇ ਵੀ 5000 ਰੁਪਏ। ਪਰ ਅਸੀਂ ਉਹਦੇ ਵਿੱਚ ਇੱਕ ਹੋਰ ਵਿਚਾਰ ਸੀ, ਪਤਾ ਲੱਗਣ 'ਤੇ ਰਾਤ ਪਤਾ ਲੱਗਿਆ ਸੀ ਕਿਹੜੀ ਸਰਕਾਰੀ ਡਿਸਪੈਂਸਰੀ ਆ, ਇਹ ਪ੍ਰਾਈਵੇਟ ਹੱਥਾਂ ਵਿੱਚ ਆ, ਸਰਕਾਰ ਦੇ ਨੁਮਾਇੰਦਿਆਂ ਕੋਲ ਨਹੀਂਗੀ। ਇਸ ਕਰਕੇ ਅਸੀਂ ਉਹਨਾਂ ਨੂੰ ਸੇਵਾ ਦੇਣਾ ਓਨੀ ਵੱਡੀ ਗੱਲ ਨਹੀਂ ਸਮਝੀ, ਜਿੰਨੀ ਕਿ ਸਾਡੇ ਸਤਿਕਾਰਯੋਗ ਪਰਮਜੀਤ ਸਿੰਘ ਡਾਲਾ ਅਤੇ ਡਾਕਟਰ ਗੁਰਪ੍ਰੀਤ ਜੀ ਬੈਠੇ ਸੀ, ਉਹਨੇ ਵਿਚਾਰ ਕੀਤੀ ਸੀ ਕਿ ਆਪਾਂ ਹਰਮਨ ਦੇ ਨਾਂ ਦੇ ਉੱਤੇ ਉਸੇ 5000 ਦੀ ਰਕਮ ਦੇ ਨਾਲ ਸ਼ਾਨਦਾਰ ਪੌਦੇ, ਫਲਾਂ ਵਾਲੇ ਪੌਦੇ ਅਤੇ ਇੱਕ ਪਾਰਕ ਬਣਾਵਾਂਗੇ ਤਾਂ ਕਿ ਉੱਥੋਂ ਸਟਾਫ ਉੱਥੇ ਬਹਿ ਸਕਦਾ। ਸਰਕਾਰੀ ਸਿੰਘ ਸੈਕੰਡਰੀ ਸਕੂਲ ਲੜਕੇ 5000 ਰੁਪਏ, ਸਰਕਾਰੀ ਸਿੰਘ ਸੈਕੰਡਰੀ ਸਕੂਲ ਲੜਕੀਆਂ ਰੂੜੀ ਸਾਹਿਬ 5000 ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਰੋਡੂ 5000 ਰੁਪਏ, ਗੁਰੂ ਹਰਗੋਬਿੰਦ ਪਬਲਿਕ ਸਕੂਲ ਮਧੋਕੇ 5000 ਰੁਪਏ, ਗੁਰਦੁਆਰਾ ਕਿਲ੍ਹਾ ਸਾਹਿਬ 5000 ਰੁਪਏ, ਅਤੇ ਤਕਰੀਬਨ 5100 ਦੀ ਰੇਂਜ ਦੇ ਵਿੱਚ 3 ਪੱਖੇ ਗੁਰਦੁਆਰਾ ਕਿਲ੍ਹਾ ਸਾਹਿਬ ਲਈ, ਡੇਰਾ ਭੇਸੀਆਂ 2500 ਰੁਪਏ, ਸ਼ਮਸ਼ਾਨ ਘਾਟ ਵਾਸਤੇ 2500 ਰੁਪਏ, ਸੰਤ ਸੋਮ ਪ੍ਰਕਾਸ਼ ਜੀ ਜੇਤੋ ਵਾਲੇ ਡੇਰਾ ਤਰਵੈਣੀ ਜਿਸ ਜਗ੍ਹਾ ਦੇ ਉੱਤੇ ਅੰਤਮ ਅਰਦਾਸ ਹੋਈ ਹੈ 2500 ਰੁਪਏ, ਡੇਰਾ ਸੈਦੋਆਣਾ 2500 ਰੁਪਏ। ਇਸ ਪਰਿਵਾਰ ਦਾ ਸਮੁੱਚੇ ਹੀ ਇਲਾਕੇ ਵੱਲੋਂ, ਸਮੁੱਚੀਆਂ ਸੰਸਥਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ।
कि दुख की घड़ी में बंदा सुख नहीं संभाल सकता, पर फिर भी उन्होंने गुरु का भाणा मानते हुए अपने पुत्र को याद करते हैं, अपने पुत्र की याद के बच्चे सेवा करवाई है। ये जिन्हें भी माया मेरे को हाजिर आ, जिन्हें भी इन्ह संगत मैंबर साहबान या कोई प्रधान इतने हाजिर ने वो लिजा सकते हैं। इस तो उपरंत जिन्हें भी लिफाफे है, जिन्हें भी माया ये साढ़े सत्कारयोग वड्डे भाई जी यादविंदर सिंह जी उन्होंने फड़ावे उन्होंने को लिजा सकता। सारी संगत का द्वारा द्वारा फिर धन्यवाद किया जाता और हाथ जोड़ के बेनती की जाती है कि गुरु का लंगर सिर्फ अपने संगत तैयार किया गया, किसी ने संकोच नहीं करना चाह पानी गुरु का लंगर छक के जाना। जेकर कोई लफ्ज किसी की शान के खिलाफ वध घट बोलिया गया हो माफ़ी चाहते हैं। वाहेगुरू जी का खालसा, वाहेगुरू जी की फतह।